ਅਹੁਦਾ ਦਵਿੰਦਰ ਸਿੰਘ ਡਿਊਟੀ ਅਫਸਰ ਸੀ ਜੀ ਅਤੇ ਅਸੀਂ ਨਾਕਾ ਲਾਇਆ ਸੀ ਦੁਆਬਾ ਚੌਕ ਨਾਲ ਸਰਕਾਰੀ ਗੱਡੀ ਸੀ ਸਾਡੀ ਜੀ ਠੀਕ ਹੈ ਜੀ ਉੱਥੇ ਨਾਕਾ ਲਾਇਆ ਸੀ ਲੋਕਡਾਊਨ ਦੇ ਕਰਕੇ ਜੀ ਨਾਲ ਸਾਡੇ ਨਾਲ ਐਕਸਾਈਜ ਇੰਸਪੈਕਟਰ ਗੌਤਮ ਗੋਬਿੰਦ ਵੈਸੀ ਨਾਲ ਉਹਦੀ ਨਾਲ ਪੁਲਿਸ ਪਾਰਟੀ ਸੀ ਜੀ ਅਤੇ ਉੱਥੇ ਮੁਖਬਰ ਆਇਆ ਜੀ ਮੇਰੇ ਪਾਸ ਉਹਨੇ ਦੱਸਿਆ ਜੀ ਇੱਕ ਗੱਡੀ ਆ PB02AP ਇਹ 4007 ਨੰਬਰ ਆ ਜੀ ਸਿਲਵਰ ਕਲਰ ਦੀ ਉਹ ਸ਼ਰਾਬ ਲੱਦ ਕੇ ਚਗਿੱਟੀ ਵੱਲੋਂ ਅਤੇ ਲੰਮਾ ਪਿੰਡ ਚੌਂਕ ਤੋਂ ਅਤੇ ਕਿਸ਼ਨਪੁਰੇ ਚੌਂਕ ਵੱਲੋਂ ਆ ਰਹੀ ਆ ਜੇ ਤੁਸੀਂ ਕਿਸ਼ਨਪੁਰੇ ਚੌਂਕ 'ਚ ਜਾ ਕੇ ਨਾਕਾ ਲਾਓ ਤਾਂ ਤੁਹਾਡੇ ਕਾਬੂ ਆ ਸਕਦੀ ਹੈ ਜੀ ਅਸੀਂ ਉੱਥੇ ਰੁੱਕਾ ਭੇਜ ਕੇ ਪਰਚਾ ਦਰਜ ਕਰਾਉਣ ਵਾਸਤੇ ਅਤੇ ਕਿਸ਼ਨਪੁਰੇ ਚੌਂਕ 'ਚ ਆ ਗਏ ਜੀ ਕਿਸ਼ਨਪੁਰੇ ਚੌਂਕ 'ਚ ਜਦੋਂ ਆਏ ਜੀ ਅਤੇ ਇੱਕ ਗੱਡੀ ਆਈ ਜੀ ਉਹ ਨੰਬਰ ਦੀ ਜਿਹੜਾ ਸਾਨੂੰ ਮੁਖਬਰ ਨੇ ਦੱਸੀ ਹੋਈ ਜੀ ਅਤੇ ਉਹ ਪੁਲਿਸ ਪਾਰਟੀ ਵੇਖ ਕੇ ਪਿੱਛੇ ਨੂੰ ਮੁੜਨ ਲੱਗਾ ਜੀ ਗੱਡੀ ਪਿੱਛੇ ਮੁੜਨ ਲੱਗਾ ਰਸ਼ ਹੋਣ ਕਰਕੇ ਉਹਨੇ ਸਾਨੀ ਮਾਰਕੀਟ ਦੇ ਵਿੱਚ ਗੱਡੀ ਵਾੜਤੀ ਜੀ ਸਾਨੀ ਮਾਰਕੀਟ ਦੇ ਵਿੱਚ ਗੱਡੀ ਵਾੜ ਕੇ ਅਤੇ ਆਪ ਉੱਥੇ ਦੁਕਾਨਾਂ ਕਾਫੀ ਸੀ ਆਪ ਕਿਸੇ ਪਾਸੇ ਉੱਥੇ ਦੌੜ ਗਿਆ ਜੀ ਗੱਡੀ ਛੱਡ ਕੇ ਗੱਡੀ ਚੈੱਕ ਕਰਦੇ 25 ਪੇਟੀਆਂ ਸ਼ਰਾਬ ਪੰਜਾਬ ਕਿੰਗ ਦੇ ਬਿਸਕੀ ਦੀਆਂ ਮਿਲੀਆਂ ਜੀ ਇਹ ਗੱਡੀ ਗੱਡੀ ਦਾ ਨੰਬਰ ਟਰੇਸ ਕਰਕੇ ਪਤਾ ਨਹੀਂ ਕਿੱਥੋਂ ਗੱਡੀ ਕਿਹਦੇ ਨਾਂ ਗੱਡੀ ਜੀ ਅੰਮ੍ਰਿਤਸਰ ਦੇ ਨੰਬਰ ਅੰਮ੍ਰਿਤਸਰ ਦੇ ਨਾਂ 'ਤੇ ਨਿਕਲ ਰਹੀ ਹੈ ਗੁਰਦੀਪ ਸਿੰਘ ਦੇ ਨਾਂ 'ਤੇ ਨਿਕਲ ਰਹੀ ਹੈ ਜੀ ਅੱਛਾ ਤਾਂ ਤੁਸੀਂ ਪਰਚਾ ਦਰਜ ਕਰਤਾ ਪਰਚਾ ਹੀ ਦਰਜ ਕਰਤਾ ਜੀ ਐਕਸਾਈਜ਼ ਐਕਟ ਦਾ ਨਾਲ 188 ਐਸਪੀ ਸੀ ਲੋਕਡਾਊਨ ਕਰਕੇ ਕਰਫਿਊ ਲੱਗਾ ਹੋਣ ਕਰਕੇ ਜੀ ਸਰ ਜਿਸ ਤਰ੍ਹਾਂ ਇੱਕ ਗੱਡੀ ਹੋਰ ਕਹਿੰਦੇ ਫੜੀਆਂ 5 ਪੇਟੀਆਂ ਸ਼ਰਾਬ ਉਹ ਕਿਹੜੀ ਕੋਈ ਜੀ ਅਸੀਂ JMP ਫੈਕਟਰੀ ਲੱਗੇ ਸੀ ਉੱਥੇ ਮੁਖਬਰ ਨੇ ਦੱਸਿਆ ਆਣ ਕੇ ਵੀ ਇੱਕ ਲਿਬਾਸ ਗੱਡੀ ਖੜੀ ਆ ਕੋਈ ਇੱਥੇ ਬੰਦਾ ਸ਼ਰਾਬ ਲੈ ਕੇ ਖੜਾ ਹੈ ਜੀ ਕਿਸੇ ਗਾਹਕ ਨੂੰ ਦੇਣ ਵਾਸਤੇ ਅਤੇ ਜੇ ਤੁਸੀਂ ਉੱਥੇ ਜਾ ਕੇ ਰੇਡ ਕਰੋ ਤਾਂ ਕਾਬੂ ਆ ਸਕਦਾ ਉੱਥੇ ਜਾ ਕੇ ਵੇਖਿਆ ਤਾਂ ਇੱਕ ਮੋਨਾ ਨੌਜਵਾਨ ਗੱਡੀ ਛੱਡ ਕੇ ਦੌੜ ਗਿਆ ਜੀ ਜਦੋਂ ਗੱਡੀ ਆਈ ਲੈਂਦੀ ਹੈ ਜੀ ਫੜ ਕੇ ਜਿਹਦੀ ਡਿੱਗੀ ਵਿੱਚੋਂ 5 ਪੇਟੀਆਂ ਕੈਸ਼ ਵਿਸਕੀ ਦੀਆਂ ਬਰਾਮਦ ਹੋਈਆਂ ਜੀ ਉਹ ਗੱਡੀ ਨੰਬਰ ਕੀ ਹੈ ਜੀ ਉਹ ਗੱਡੀ ਨੰਬਰ PP36 ਅਤੇ ਕੁਛ 5969 ਨੰਬਰ ਪੁੱਛਿਆ ਜੀ ਐਫ ਠੀਕ ਹੈ ਜੀ ਇਹ ਗੱਡੀ ਉਹ ਵਾਲੀ ਕਿੱਥੇ ਦੀ ਆ ਉਹਦਾ ਐਡਰੈਸ ਪਤਾ ਕਰਾਇਆ ਉਹਦਾ ਤਾਂ ਜਲੰਧਰ ਦਾ ਐਡਰੈਸ ਨਿਕਲ ਰਿਹਾ ਜੀ ਅਜੇ ਕਲੀਅਰ ਨਹੀਂ ਐਡਰੈਸ ਦੇ ਵਿੱਚ ਆਵਾਜ਼ ਨਹੀਂ ਮਿਲੀ ਜੀ ਉਹਦੇ ਵਿੱਚੋਂ ਅਤੇ ਜਦੋਂ ਆਵਾਜ਼ ਮਿਲਦੀ ਹੈ ਤਾਂ ਫਿਰ ਅਸੀਂ ਤੁਹਾਨੂੰ ਦੱਸ ਦਾਂਗੇ ਥੈਂਕ ਯੂ ਜੀ